ਅੱਜ ਦਾ ਦਿਨ ਕਾਂਗਰਸ ਦੇ ਲਈ ਕਾਫੀ ਭਾਗਾ ਭਰਿਆ ਰਿਹਾ ਕਿਉਂਕਿ ਅੱਜ ਸ਼ਾਹਕੋਟ ਜ਼ਿਮਨੀ ਚੋਣ ਦੇ ਵਿੱਚ ਕਾਂਗਰਸ ਨੇ ਬਾਜ਼ੀ ਮਾਰ ਲਈ ਹੈ ਇਨ੍ਹਾਂ ਚੋਣਾਂ ਦੇ ਵਿੱਚ ਅਕਾਲੀ ਦਲ ਅਤੇ ਆਪ ਵੱਲੋਂ ਦੱਬ ਕੇ ਕੀਤਾ ਗਿਆ ਪ੍ਰਚਾਰ ਵੀ ਕਾਂਗਰਸ ਦੀ ਪਿੱਠ ਨਹੀਂ ਲਾ ਸਕਿਆ ਇਸ ਬੰਦੀ ਵੇਖ ਲੈਂਦੇ ਹਾਂ ਇੱਕ ਖਾਸ ਰਿਪੋਰਟ ਸ਼ਾਹਕੋਟ ਦੇ ਕਾਂਗਰਸੀ ਉਮੀਦਵਾਰ ਹਰਦੇਵ ਸਿੰਘ ਲਾਡੀ ਸ਼ੇਰੂ ਵਾਲੀਆ ਨੇ ਅਕਾਲੀ ਦਲ ਅਤੇ ਆਮ ਆਦੀ ਪਾਰਟੀ ਨੂੰ ਪਛਾੜ ਕੇ ਆਪਣੀ ਜਿੱਤ ਦੀ ਮੋਹਰ ਲਗਾ ਦਿੱਤੀ ਸ਼ੇਰੂ ਵਾਲੀਆ ਨੇ ਆਪਣੇ ਨੇੜਲੇ ਵਿਰੋਧੀ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨਾਇਬ ਸਿੰਘ ਕੁਹਾੜ ਨੂੰ ਵੱਡੀ ਲੀਡ ਦੇ ਨਾਲ ਹਰਾ ਦਿੱਤੀ ਲਾਡੀ ਸ਼ੇਰੂ ਜਨੇ 38801 ਵੋਟਾਂ ਦੇ ਫਰਕ ਦੇ ਨਾਲ ਵਿਰੋਧੀਆਂ ਨੂੰ ਹਾਰ ਦਾ ਮੂ ਦਿਖਾਇਆ ਸ਼ਾਕੋੜ ਜ਼ਿਮਨੀ ਚੋਣ ਦੇ ਲਈ 28 ਮਈ ਨੂੰ VOTING ਹੋਈ ਸੀ ਅਤੇ ਵੀਰਵਾਰ ਸਵੇਰੇ 8 ਵਜੇ ਤੋਂ ਵੋਟਾਂ ਦੀ ਗਿਣਤੀ ਸ਼ੁਰੂ ਹੋਈ ਸ਼ਾਕੋੜ ਜ਼ਿਮਨੀ ਚੋਣ ਦੇ ਲਈ 28 ਮਈ ਨੂੰ VOTING ਸ਼ੁਰੂ ਹੋਈ ਸ਼ਾਕੋੜ ਜ਼ਿਮਨੀ ਚੋਣ ਦੇ ਲਈ 28 ਮਈ ਨੂੰ ਵੋਟਾਂ ਪਈਆਂ ਅਤੇ ਵੀਰਵਾਰ ਸਵੇਰੇ 8 ਵਜੇ ਤੋਂ ਵੋਟਾਂ ਦੀ ਗਿਣਤੀ ਸ਼ੁਰੂ ਹੋਈ ਜਿਸ ਦੇ ਵਿੱਚ ਲਾਡੀ ਸ਼ੇਰੋ ਵਾਲੀਆ ਪਹਿਲੇ ਗੇੜ ਤੋਂ ਹੋਈ ਸਭ ਤੋਂ ਅੱਗੇ ਰਹੇ ਅਤੇ ਦੂਜੇ ਨੰਬਰ ਤੇ ਨਾਇਬ ਸਿੰਘ ਕੋਹੜ ਅਤੇ ਇਸ ਮੁਕਾਬਲੇ ਦੇ ਵਿੱਚ ਆਵਾਜ਼ ਦੀ ਪਾਰਟੀ ਦੇ ਰਤਨ ਸਿੰਘ ਕਾਕੜ ਕਲਾਂ ਕਿਦਰੇ ਵੀ ਨਜ਼ਰ ਨਹੀਂ ਆਏ ਪਹਿਲੇ ਰਾਉਂਡ ਦੇ ਵਿੱਚ ਸ਼ੇਰੂ ਵਾਲੀਆਂ ਨੂੰ 4501 ਕੁਹਾੜ ਨੂੰ 2500 ਅਤੇ ਕਾਕੜ ਕਲਾਉਂ ਸਿਰਫ 46 ਵੋਟਾਂ ਮਿਲੀਆਂ ਇਸ ਤੋਂ ਬਾਅਦ ਹੌਲੀ-ਹੌਲੀ ਨਤੀਜੇ ਸਾਫ਼ ਹੁੰਦੇ ਗਏ ਅਤੇ ਅਖੀਰਲੇ ਗੇੜ ਦੇ ਵਿੱਚ ਹਰਦੇਵ ਸਿੰਘ ਲਾਡੀ ਸ਼ੇਰੋ ਵਾਲੀਆਂ ਨੇ 52745 ਵੋਟਾਂ ਹਾਸਲ ਕਰਕੇ ਸ਼ਾਹਕੋਟ ਸੀਟ ਕਾਂਗਰਸ ਦੀ ਝੋਲੀ ਪਾ ਦਿੱਤੀ ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਉਮਰਿੰਦਰ ਸਿੰਘ ਨੇ ਸਮੂਹ ਸਮਰਥਕਾਂ ਦਾ ਧੰਨਵਾਦ ਕੀਤਾ ਸ਼ਾਹਕੋਟ ਦੇ ਸਾਰੇ ਲੋਕਾਂ ਦਾ ਬਹੁਤ ਅਸੀਂ ਸਾਰੇ ਪਾਰਟੀ ਵੱਲੋਂ ਧੰਨਵਾਦੀ ਹਾਂ ਜਿਨ੍ਹਾਂ ਨੇ ਐਨੀ ਗਰਮੀ ਦੇ ਵਿੱਚ ਸਾਰਾ ਸਾਥ ਦਿੱਤਾ ਜਿਸ ਦਿਨ ਮੇਰੀ ਉਹ ਰੋਡ ショ ਹੋ ਰਹੀ ਸੀ ਮੇਰਾ ਕਹਾ ਸਾਰਾ ਹੀ ਸ਼ਾ ਕੋਟ ਨਿਕਲੇ ਹੋਇਆ ਸੀ ਔਰ ਅਸੀਂ ਉਹਨਾਂ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਹੈ ਕਿ ਸਾਥ ਵੀ ਦਿੱਤਾ ਔਰ ਅੰਤ ਵਿੱਚ ਰਿਜ਼ਲਟ ਜੋ ਆਏ ਨੇ ਆਊਟਸਟੈਂਡਿੰਗ ਰਿਜ਼ਲਟਸ ਨੇ ਅਸੀਂ ਵੀ ਨਹੀਂ ਸਮਝਦੇ ਇਸੇ ਕਹਿੰਦੇ ਐਨੀ ਜ਼ਿਆਦਾ ਜਾਵਾਂਗੇ ਕਾਂਗਰਸ ਦੀ ਇਸ ਜਿੱਤ ਨੇ ਜਿੱਥੇ ਪਾਰਟੀ ਨੂੰ ਹੋਰ ਮਜ਼ਬੂਤੀ ਦਿੱਤੀ ਤਾਂ ਉੱਥੇ ਹੀ ਅਕਾਲੀ ਦਲ ਦਾ ਮਾਣ ਵੀ ਅੱਜ ਢੋੜ ਸੁੱਟਿਆ ਜਿੱਤ ਦੀ ਖੁਸ਼ੀ ਵਿੱਚ ਕਾਂਗਰਸੀਆਂ ਨੇ ਖੂਬ ਭੰਗੜੇ ਪਾਏ ਲੱਡੂ ਬੰਡੇ ਅਤੇ ਪਟਾਕੇ ਵੀ ਚਲਾਏ ਮਸ਼ੀਨਰੀ ਦਾ ਦੁਰਉਪਯੋਗ ਦੇ આરોਪ ਕਾਂਗਰਸ ਪਾਰਟੀ ਤੇ ਇਲੈਕਸ਼ਨ ਹਾਰਨ ਤੋਂ ਬਾਅਦ ਚ ਲਾਏ ਗਏ ਅਹੀਂ ਤਾਂ ਇਹਨਾਂ ਨੂੰ 6 ਦਿਨ ਪਹਿਲਾਂ ਦੱਸ ਦਿੱਤਾ ਸੀਗਾ ਕਿ ਤੁਸੀਂ ਸਾਡੇ ਤੇ આરોਪ ਇਹੀ ਲਾਉਣੇ ਆ ਲੇਕਿਨ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਖਡੂਰ ਸਾਹਿਬ ਬਾਈ ਇਲੈਕਸ਼ਨ ਜਦੋਂ ਅਸੀਂ ਬਾਈ ਕੱਟ ਕਰ ਦਿੱਤਾ ਸੀ ਰਮਨਜੀਤ ਸਿੰਘ ਸਿੱਕੀ ਨੂੰ ਟਿਕਟ ਦਿੱਤੀ ਤੇ ਅਸੀਂ ਕਿਹਾ ਵੀ ਅਸੀਂ ਇਲੈਕਸ਼ਨ ਹੀ ਨਹੀਂ ਲੜਨਾ ਫਰੀ ਸੀਗਾ ਇਹਨਾਂ ਨੂੰ ਜੋ ਮਰਜ਼ੀ ਕਰਨ ਤੇ 40000 ਵੋਟ ਤੇ ਜਿੱਤੇ ਸੀ ਇਹ ਪ੍ਰੈਜ਼ੈਂਟ ਸੀ ਉੱਥੇ ਡਟ ਕੇ ਜੋਰ ਲਾਇਆ 5 ਵਜੇ ਤਾਈਂ 26 ਤਰੀਕ ਨੂੰ ਉੱਥੇ ਰਹੇ ਤੇ ਕਾਂਗਰਸ ਪਾਰਟੀ ਨੂੰ ਕਰੀਬ ਕਰੀਬ 38 39000 ਵੋਟ ਤੇ ਸ਼ਾਹਕੋਟ ਦੇ ਲੋਕਾਂ ਨੇ ਜਿਤਾਇਆ ਸ਼ਾਕੁਰ ਜ਼ਿਮਨੀ ਚੋਣ ਦੇ ਵਿੱਚ ਅਕਾਲੀ ਦਲ ਦੀ ਹਾਰ ਦੇ ਵੱਡੇ ਅਰਥ ਹਨ ਕਾਂਗਰਸ ਨੇ 22 ਸਾਲਾਂ ਤੋਂ ਬਾਅਦ ਅਕਾਲੀ ਦਲ ਦਾ ਗੜ ਤੋੜਿਆ ਹੈ ਇਹ ਵੀ ਉਸ ਵੇਲੇ ਜਦੋਂ ਮੰਨਿਆ ਜਾ ਰਿਹਾ ਸੀ ਕਿ ਪੰਜਾਬ ਦੀ ਜਨਤਾ ਕਾਂਗਰਸ ਸਰਕਾਰ ਦੀ ਕਾਰਗੁਜ਼ਾਰੀ ਤੋਂ ਖੁਸ਼ ਨਹੀਂ ਹੈ ਯਾਦ ਰਹੇ 2017 ਵਿੱਚ ਜਦੋਂ ਸ਼੍ਰੋਮਣੀ ਅਕਾਲੀ ਦਲ ਖਿਲਾਫ ਲਹਿਰ ਚੱਲ ਰਹੀ ਸੀ ਤਾਂ ਅਜੀਤ ਸਿੰਘ ਕੋਹੜ ਨੇ ਇਹ ਸੀਟ ਉਤੇ ਜਿੱਤ ਬਰਕਰਾਰ ਰੱਖੀ ਸੀ ਉਹ ਲਗਾਤਾਰ 5 ਵਾਰ ਇਸ ਸੀਟ ਤੋਂ ਜਿੱਤੇ ਸਨ ਇਸੇ ਕਰਕੇ ਅਕਾਲੀ ਦਲ ਨੇ ਉਹਨਾਂ ਦੇ بیٹے ਨਾਇਬ ਸਿੰਘ ਕੁਹਾੜ ਨੂੰ ਉਮੀਦਵਾਰ ਬਣਾਇਆ ਸੀ ਨਾਇਬ ਸਿੰਘ ਕੁਹਾੜ ਨੂੰ 43944 ਵੋਟਾਂ ਮਿਲੀਆਂ ਜਦੋਂ ਕਿ ਕਾਂਗਰਸੀ ਉਮੀਦਵਾਰ ਨੇ 82745 ਵੋਟਾਂ ਹਾਸਲ ਕਰਕੇ ਜਿੱਤ ਦਾ ਝੰਡਾ ਲਹਿਰਾਇਆ ਅਕਾਲੀ ਦਲ ਦੇ ਹਾਰੇ ਹੋਏ ਉਮੀਦਵਾਰ ਨਾਇਬ ਸਿੰਘ ਕੁਹਾੜ ਨੇ ਇਸ ਮੌਕੇ মিডিਆ ਨਾਲ ਬੇਸ਼ੱਕ ਖੁੱਲਕੇ ਗੱਲ ਨਹੀਂ ਕੀਤੀ ਪਰ ਉਹਨਾਂ ਨੇ ਇਸ ਹਾਰ ਦਾ ਕਾਰਨ ਈਵੀਐਮ ਮਸ਼ੀਨਾਂ ਨੂੰ ਠਹਿਰਾਇਆ ਸਭ ਤੋਂ ਸੇਕੀ ਮਸ਼ੀਨਾਂ ਦੀ ਗੜਬੜੇ ਦੀ ਗੱਲ ਹੈ ਮਸ਼ੀਨਾਂ ਵਿੱਚ ਗੜਬੜਾ ਹੈ ਮਸ਼ੀਨਾਂ ਵਿੱਚ ਗੜਬੜਾ ਹੈ ਇੱਕ ਬਾਤ ਦੀ ਬਾਤ ਨਹੀਂ ਦੂਜੇ ਪਾਸੇ ਸਭ ਤੋਂ ਖਰਾਬ ਪ੍ਰਦਰਸ਼ਨ ਰਿਹਾ ਆਮ ਆਦਮੀ ਪਾਰਟੀ ਦਾ ਆਪ ਦੇ ਉਮੀਦਵਾਰ ਤਾਂ ਨਤੀਜਾ ਸਾਫ਼ ਹੁੰਦੇ ਹੀ ਉਥੋ ਖਿਸਕਣ ਲੱਗੇ ਪਰ ਜਦੋਂ ਉਹਨਾਂ ਨੂੰ ਮੀਡੀਆ ਨੇ ਸਵਾਲ ਕੀਤਾ ਤਾਂ ਉਹਨਾਂ ਨੇ ਦਾਵਾ ਕੀਤਾ ਹੈ ਕਿ ਉਹ ਇਸ ਹਾਰ ਦੀ ਸਮੀਖਿਆ ਕਰਨਗੇ ਤੇ ਭਵਿੱਖ ਵਿੱਚ ਹੋਣ ਵਾਲੀਆਂ ਚੋਣਾਂ ਵਿੱਚ ਫਤਿਹ ਹਾਸਲ ਕਰਨਗੇ ਮੌਕੇ ਦੇ ਹਿਸਾਬ ਨਾਲ ਕਈ ਵਾਰੀ ਚੇਂਜਿੰਗ ਹੋ ਜਾਂਦੀ ਆ ਕਈ ਵਾਰੀ ਹੋਰ ਕਈ ਗੱਲਾਂ ਬਾਤਾਂ ਹੋ ਜਾਂਦੀਆਂ ਵਾਂ ਅਸੀਂ ਵਰਕ ਕਰਾਂਗੇ ਅਗਲੀ ਅਗਲੀ ਵਾਰੀ ਅਸੀਂ 1977 ਤੋਂ ਲੈ ਕੇ 1992 ਤੱਕ ਅਕਾਲੀ ਉਮੀਦਵਾਰ ਬਲਵੰਤ ਸਿੰਘ ਇਸ ਸੀਟ ਉਤੇ ਕਾਬਜ਼ ਰਹੇ 1992 ਵਿੱਚ ਸਿਰਫ ਇੱਕ ਵਾਰ ਕਾਂਗਰਸੀ ਉਮੀਦਵਾਰ ਬ੍ਰਿਜ ਭੁਪਿੰਦਰ ਸਿੰਘ ਜੀ ਤੁਰੇ ਜੋ ਕਿ ਇਸ ਵੇਲੇ ਅਕਾਲੀ ਦਲ ਵਿੱਚ ਚਲੇ ਗਏ ਹਨ ਇਸ ਮਗਰੋਂ 1997 ਤੋਂ ਲੈ ਕੇ 2017 ਤੱਕ ਇਸ ਸੀਟ ਉਤੇ ਅਕਾਲੀ ਉਮੀਦਵਾਰ ਅਜੀਤ ਸਿੰਘ ਕੋਹੜਦਾਈ ਕਬਜ਼ਾ ਰਿਹਾ ਜਨਵਰੀ 2018 ਵਿੱਚ ਉਹਨਾਂ ਦੀ ਮੌਤ ਹੋ ਗਈ ਸੀ ਪਰ ਅੱਜ ਸ਼ਾਹਕੋਟ ਨਿਵਾਸੀਆਂ ਨੇ ਅਕਾਲੀ ਦਲ ਨੂੰ ਨਕਾਰ ਕੇ ਸਾਬਤ ਕਰ ਦਿੱਤਾ ਹੈ ਕਿ ਉਹ ਕਾਂਗਰਸ ਨੂੰ ਹੀ ਆਪਣੀ ਨੁਮਾਇੰਦਗੀ ਦੇਣਾ ਚਾਹੁੰਦੇ ਨੇ ਪਰ ਹੁਣ ਸਵਾਲ ਵੱਡਾ ਇਹ ਹੈ ਕਿ ਭਵਿੱਖ ਵਿੱਚ ਹੋਣ ਵਾਲੀਆਂ 2019 ਲੋਕ ਸਭਾ ਚੋਣਾਂ ਦੇ ਵਿੱਚ ਵੀ ਕੀ ਕਾਂਗਰਸ ਦਾ ਪ੍ਰਦਰਸ਼ਨ ਅਜਿਹਾ ਹੀ ਰਹੇਗਾ ਜਾਂ ਫਿਰ ਉਹ ਨਤੀਜੇ ਵੱਖਰੇ ਹੋਣਗੇ ਸ਼ਾਹਕੋਟ ਤੋਂ ਪਰਮਜੀਤ ਸਿੰਘ ਦੀ ਰਿਪੋਰਟ ਸਾਂਝਾ ਟੀਵੀ